ਦੇਖੋ ਜੇ ਮੈਂ ਵੀ ਕ੍ਰਿਸਚਨ ਧਰਮ ਦੇ ਖਿਲਾਫ ਬੋਲਦਾ ਸੀ ਨਾ, ਮੈਂ ਵੀ ਉਹਨੂੰ ਗਾਲਾਂ ਕੱਢਦੇ, ਕਹਿੰਦੇ ਪਾਸਟਰ ਮੇਰੇ ਘਰ ਆਏ ਤਾਂ ਕੁੱਟੂਗਾ ਇਹਨਾਂ ਨੂੰ, ਤੇ ਜੇ ਮੇਰੇ ਤੇ ਕਾਰਵਾਈ ਹੋ ਜਾਂਦੀ ਮੈਂ ਪਾਸਟਰ ਨਹੀਂ ਸੀ ਬਣਨਾ। ਧਰਮ ਕੀ ਹੈ? ਪਰਮੇਸ਼ਵਰ ਦੇ ਵਚਨ ਤੇ ਚੱਲਣਾ ਧਰਮ ਆ, ਪਰਮੇਸ਼ਵਰ ਦੇ ਵਚਨ ਨੂੰ ਮੰਨਣਾ ਧਰਮ ਆ, ਪਵਿੱਤਰਤਾ ਚ ਰਹਿਣਾ ਧਰਮ ਆ। ਹੁਣ ਮੈਂ ਕੱਪੜੇ ਚਿੱਟੇ ਪਾਲਾਂ, ਕਾਲੇ ਪਾਲਾਂ, ਉੱਪਰੋਂ ਬਦਲਾਂ, ਮੈਂ ਆ ਨਹੀਂ ਖਾਣਾ, ਉਹ ਨਹੀਂ ਪੀਣਾ, ਅੰਦਰੋਂ ਮੈਂ ਜੈਲਸੀ ਕਰਾਂ, ਅੰਦਰੋਂ ਵਿਭਿਚਾਰ ਕਰਾਂ, ਪੈਸੇ ਦੇ ਘਪਲੇ ਕਰਾਂ, ਉਹ ਧਰਮ ਨਹੀਂ। ਧਰਮ ਪਵਿੱਤਰਤਾ ਹੀ ਸਿਖਾਉਂਦਾ। ਰੱਬ ਦੇ ਕੋਲ ਆਵਾਂਗੇ ਪ੍ਰਭੂ ਦੇ, ਉਹ ਪਵਿੱਤਰਤਾ ਹੀ ਸਿਖਾਏਗਾ। ਤੇ ਕੀ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਯਿਸੂ ਮਸੀਹ ਦੇ ਨਾਲ ਧਰਮ ਬਦਲ ਜੂਗਾ, ਜਾਂ ਆਪਾਂ ਫਾਲਤੂ ਗੱਲਾਂ ਕਰੀਏ ਜਿਹੜੀਆਂ ਜਿਹਨਾਂ ਦਾ ਕੋਈ ਪਰੂਫ ਨਹੀਂ ਗਾ, ਕਿ ਆਪਾਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰੀਏ ਜਿਹੜਾ ਰੱਬ ਨੇ ਸਾਡੇ ਲਈ ਉਪਰਾਲਾ ਕੀਤਾ, ਹੈ ਨਾ। ਕਈ ਵਾਰ ਅਸੀਂ ਰੋਂਦੇ ਰਹਿੰਦੇ ਹਾਂ ਤੇ ਆਪਾਂ ਇਹ ਨਹੀਂ ਦੇਖਦੇ ਕਿ ਰੱਬ ਨੇ ਉਹਦਾ ਉਪਰਾਲਾ ਕਰ ਦਿੱਤਾ, ਰੱਬ ਨੇ ਉਹਦਾ ਕੰਮ ਕਰ ਦਿੱਤਾ। ਉਹ ਕਹਿੰਦਾ ਕਿ ਸਿਰਫ ਵਿਸ਼ਵਾਸ ਕਰੋ। ਉਹਨੇ ਇਹ ਨਹੀਂ ਕਿਹਾ ਤੂੰ ਆਪਣਾ ਨਾਂ ਪੀਟਰ ਰੱਖ ਲਾ, ਮੇਰਾ ਨਾਮ ਅੰਕੁਰ ਸੀਗਾ, ਮੇਰਾ ਨਾਮ ਅੱਜ ਵੀ ਅੰਕੁਰ ਹੈ, ਕਾਸ ਨਰੂਲਾ ਸੀ, ਅੱਜ ਵੀ ਨਰੂਲਾ, ਹੈ ਨਾ। ਤੇ ਪ੍ਰਭੂ ਨੇ ਇਹ ਨਹੀਂ ਕਿਹਾ ਆਪਣਾ ਨਾਮ ਬਦਲ, ਉਹਨੇ ਕਿਹਾ ਮੇਰੇ ਕਰੂਸ ਤੇ ਵਿਸ਼ਵਾਸ ਕਰੇਗਾ, ਮੇਰੇ ਤੇ ਬਿਲੀਵ ਕਰੇਗਾ, ਮੈਂ ਤੇਰੀ ਸ਼ਰਮਿੰਦਗੀ ਨੂੰ ਦੂਰ ਕਰਾਂਗਾ, ਮੇਰੀ ਦੂਰ ਹੋਈ ਆ, ਮੇਰੇ ਨਸ਼ੇ, ਮੇਰੀਆਂ ਬਿਮਾਰੀਆਂ ਦੂਰ ਹੋਈਆਂ। ਆਪਾਂ ਕਾਲਜਾਂ ਦੇ ਬਾਹਰ, ਸਕੂਲਾਂ ਦੇ ਬਾਹਰ ਕ੍ਰੋਸ ਦੇਖਦੇ ਹਾਂ, ਹੈ ਨਾ। ਉਹ ਕੀ ਹੈ ਕ੍ਰੋਸ? ਉਹ ਕੋਈ ਕ੍ਰਿਸਚਨ ਧਰਮ ਦੀ ਨਿਸ਼ਾਨੀ ਨਹੀਂ ਹੈ। ਬਾਈਬਲ 'ਚ ਲਿਖਿਆ ਕ੍ਰੋਸ ਸ਼ਰਮਿੰਦਗੀ ਦੀ ਨਿਸ਼ਾਨੀ ਸੀਗੀ, ਅਤੇ ਡਾਕੂਆਂ ਨੂੰ, ਅਪਰਾਧੀਆਂ ਨੂੰ, ਰੇਪਿਸ ਨੂੰ ਦਿੰਦੇ ਸੀ ਕ੍ਰੋਸ ਦੀ ਮੌਤ। ਅਤੇ ਬਾਈਬਲ 'ਚ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸੂਲੀ 'ਤੇ ਚਾੜਿਆ ਗਿਆ, ਤਾਂ ਰਾਜੇ ਨੇ ਪੁੱਛਿਆ ਕਿ ਜੇ ਪ੍ਰਭੂ, ਜੇ ਯਿਸੂ ਮਸੀਹ ਤੂੰ ਇਨਕਾਰ ਕਰ ਦੇਵੇਂ, ਸਿਰਫ ਮੂੰਹ ਤੋਂ ਕਹਿ ਦੇਵੇਂ ਕਿ ਆਰੋਪ ਝੂਠੇ ਨੇ, ਕਿਉਂਕਿ ਨਾ ਇਹਨਾਂ ਕੋਲ ਸਬੂਤ ਨੇ, ਨਾ ਇਹਨਾਂ ਕੋਲ ਕੋਈ ਤੱਥ ਨੇ, ਸਿਰਫ ਤੇਰੇ ਨਾਲ ਜੈਲਸੀ ਅਤੇ ਤੈਨੂੰ ਇਹ ਕਰੂਸ 'ਤੇ ਚੜ੍ਹਾਉਣ ਦੀ ਮੰਗ ਕਰਦੇ ਨੇ, ਅਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ, ਔਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਵਾਪਸ ਲਵਾਂਗਾ। ਔਰ ਤੀਜੇ ਦਿਨ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ, ਔਰ ਇਹੀ ਮੈਸੇਜ ਹੈ ਕਿ ਉਹ ਜੀ ਉੱਠੇ, ਸਾਡੀਆਂ ਬਿਮਾਰੀਆਂ ਨੂੰ ਉਹਨੇ ਕਰੂਸ 'ਤੇ ਚੁੱਕਿਆ। ਅੱਜ ਜਿਹੜਾ ਬੰਦਾ ਹਿੰਦੂ ਹੋਏ, ਕ੍ਰਿਸਚਨ ਹੋਏ, ਸਿੱਖ ਹੋਏ, ਕ੍ਰਿਸਚਨ ਧਰਮ ਦਾ ਹੋਏ, ਕਿਸੇ ਵੀ ਧਰਮ ਦਾ ਹੋਏ, ਜਿਹੜਾ ਇਹ ਬਿਲੀਵ ਕਰੂਗਾ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਸ਼ਰਮਿੰਦਗੀ ਲਈ ਕ੍ਰੋਸ ਚੁੱਕਿਆ, ਉਹਦੀ ਸ਼ਰਮਿੰਦਗੀ ਖਤਮ ਹੋਊਗੀ, ਉਹ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ। ਆਪਾਂ ਕਹਿੰਦੇ ਗਰੀਬ ਵੀ ਸ਼ਰਮਿੰਦਾ ਨੇ, ਇੱਦਾਂ ਨਹੀਂ ਹੈਗਾ। ਅਮੀਰ ਤੋਂ ਅਮੀਰ ਲੋਕ ਵੀ ਸ਼ਰਮਿੰਦਾ ਨੇ, ਇੰਨੀ ਅਮੀਰੀ ਹੈ ਡਿਪਰੈਸ਼ਨ 'ਚ ਨੇ, ਇੰਨੀ ਅਮੀਰੀ ਹੈ ਬੇਟਾ ਬੇਟੀ ਵਾਸਤੇ ਹੈ ਨਹੀਂ ਗੇ, ਹੈ ਨਾ। ਅਤੇ ਹਰ ਬੰਦੇ ਦੀ ਲਾਈਫ 'ਚ ਸ਼ੈਤਾਨ ਨੇ ਸ਼ਰਮਿੰਦਗੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਔਰ ਪ੍ਰਭੂ ਯਿਸੂ ਮਸੀਹ ਨੇ ਇੱਕੋ ਗੱਲ ਕਹੀ ਹੈ ਕਿ ਜਿਹੜਾ ਉਸ ਕਰੂਜ਼ ਦੇ ਉੱਤੇ ਵਿਸ਼ਵਾਸ ਕਰੂਗਾ ਕਿ ਮੈਂ ਉਹਦੇ ਲਈ ਚੁੱਕਿਆ, ਉਹ ਆਪਣੀ ਸ਼ਰਮਿੰਦਗੀ ਤੋਂ ਆਜ਼ਾਦ ਹੋਊਗਾ, ਮੈਂ ਸ਼ਰਮਿੰਦਗੀ ਤੋਂ ਆਜ਼ਾਦ ਹੋਇਆ। ਇੱਕ ਜਿਹੜਾ ਹੁਣ ਪੰਜਾਬ ਹੈ, ਜਿਹੜਾ ਕਿੰਨਾ ਨਸ਼ਾ, ਯੂਥ ਨਸ਼ੇ 'ਚ ਭਰਿਆ ਹੋਇਆ, ਅਤੇ ਯੂਥ ਨੂੰ ਕਰਨਾ ਕੀ ਚਾਹੀਦਾ? ਸਪੋਰਟ ਕਰਨੀ ਚਾਹੀਦੀ ਆਪਣੀ ਫੈਮਿਲੀ ਦੀ, ਮਾਂ ਪਿਓ ਨੂੰ ਪਾਲਣਾ ਚਾਹੀਦਾ, ਹੈ ਨਾ। ਲੇਕਿਨ ਹੋ ਕੀ ਰਿਹਾ ਕਿ ਮਾਂ ਪਿਓ ਯੂਥ ਨੂੰ ਸੰਭਾਲ ਰਿਹਾ, ਉਹ ਨਸ਼ੇ ਦੇ ਸੈਂਟਰ 'ਚ ਲੈ ਕੇ ਜਾ ਰਿਹਾ, ਕੀ ਇਹ ਸ਼ਰਮਿੰਦਗੀ ਨਹੀਂ? ਅਤੇ ਕੀ ਆਪਾਂ ਹੁਣ ਇਹ ਦੇਖੀਏ ਕਿ ਆਪਾਂ ਯਿਸੂ ਮਸੀਹ ਦੇ ਨਾਲ ਧਰਮ ਬਦਲ ਜੂਗਾ, ਜਾਂ ਆਪਾਂ ਕੋਈ ਫਾਲਤੂ ਗੱਲਾਂ ਕਰੀਏ ਜਿਹੜੀਆਂ ਜਿਹਨਾਂ ਦਾ ਕੋਈ ਪਰੂਫ ਨਹੀਂ ਗਾ, ਕਿ ਆਪਾਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰੀਏ ਜਿਹੜਾ ਰੱਬ ਨੇ ਸਾਡੇ ਲਈ ਉਪਰਾਲਾ ਕੀਤਾ, ਹੈ ਨਾ। ਕਈ ਵਾਰ ਅਸੀਂ ਰੋਂਦੇ ਰਹਿੰਦੇ ਹਾਂ ਅਤੇ ਆਪਾਂ ਇਹ ਨਹੀਂ ਦੇਖਦੇ ਕਿ ਰੱਬ ਨੇ ਉਹਦਾ ਉਪਰਾਲਾ ਕਰ ਦਿੱਤਾ, ਰੱਬ ਨੇ ਉਹਦਾ ਕੰਮ ਕਰ ਦਿੱਤਾ। ਉਹ ਕਹਿੰਦਾ ਕਿ ਸਿਰਫ ਵਿਸ਼ਵਾਸ ਕਰੋ। ਉਹਨੇ ਇਹ ਨਹੀਂ ਕਿਹਾ ਤੂੰ ਆਪਣਾ ਨਾਂ ਪੀਟਰ ਰੱਖ ਲਾ, ਮੇਰਾ ਨਾਮ ਅੰਕੁਰ ਸੀਗਾ, ਮੇਰਾ ਨਾਮ ਅੱਜ ਵੀ ਅੰਕੁਰ ਹੈ, ਕਾਸ ਨਰੂਲਾ ਸੀ, ਅੱਜ ਵੀ ਨਰੂਲਾ, ਹੈ ਨਾ। ਅਤੇ ਪ੍ਰਭੂ ਨੇ ਇਹ ਨਹੀਂ ਕਿਹਾ ਆਪਣਾ ਨਾਮ ਬਦਲ, ਉਹਨੇ ਕਿਹਾ ਮੇਰੇ ਕਰੂਸ 'ਤੇ ਵਿਸ਼ਵਾਸ ਕਰੇਗਾ, ਮੇਰੇ 'ਤੇ ਬਿਲੀਵ ਕਰੇਗਾ, ਮੈਂ ਤੇਰੀ ਸ਼ਰਮਿੰਦਗੀ ਨੂੰ ਦੂਰ ਕਰਾਂਗਾ, ਮੇਰੀ ਦੂਰ ਹੋਈ ਆ, ਮੇਰੇ ਨਸ਼ੇ, ਮੇਰੀਆਂ ਬਿਮਾਰੀਆਂ ਦੂਰ ਹੋਈਆਂ, ਅਤੇ ਪਰਮੇਸ਼ੁਰ ਤੁਹਾਡੀਆਂ ਵੀ ਕਰੇਗਾ। ਮੁਸ਼ ਦੇ ਘਰ ਆਓ, ਤੁਹਾਨੂੰ ਬੰਨ੍ਹ ਕੇ ਕੋਈ ਖੀਰ ਨਹੀਂ ਖਵਾਉਣ ਲੱਗਾ, ਆ ਕੇ ਆਪੇ ਹੀ ਦੇਖੋ, ਆਪੇ ਹੀ ਆਓ, 4-5 ਹਫ਼ਤੇ ਆਓ, ਦੇਖੋ, ਜੇ ਝੂਠ ਲੱਗੇ ਚਲ ਜਾਓ। ਉੱਥੇ ਕਿਹੜਾ ਕਿਸੇ ਨੇ ਪੁੱਛਣਾ, ਲੱਖਾਂ ਬੰਦਾ ਬੈਠਾ, ਪਤਾ ਹੀ ਨਹੀਂ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਨਾ। ਜਦ ਤੱਕ ਤੁਸੀਂ ਆਪ ਨਹੀਂ ਦੱਸੋਗੇ ਕਿ ਅਸੀਂ ਇੱਥੋਂ ਆਏ, ਸਾਡੇ ਲਈ ਪ੍ਰਾਰਥਨਾ ਕਰੋ। ਦੇਖੋ ਜੇ ਮੈਂ ਵੀ ਕ੍ਰਿਸਚਨ ਧਰਮ ਦੇ ਖਿਲਾਫ ਬੋਲਦਾ ਸੀ ਨਾ, ਮੈਂ ਵੀ ਉਹਨੂੰ ਗਾਲਾਂ ਕੱਢਦੇ, ਕਹਿੰਦੇ ਪਾਸਟਰ ਮੇਰੇ ਘਰ ਆਏ ਤਾਂ ਕੁੱਟੂਗਾ ਇਹਨਾਂ ਨੂੰ, ਤੇ ਜੇ ਮੇਰੇ ਤੇ ਕਾਰਵਾਈ ਹੋ ਜਾਂਦੀ ਮੈਂ ਪਾਸਟਰ ਨਹੀਂ ਸੀ ਬਣਨਾ, ਹੈ ਨਾ। ਤੇ ਮੈਂ ਵੀ ਇਸ ਟਾਈਮ ਕਦੇ
ਨੁਕਰੇ ਲੱਗਾ ਹੋਣਾ ਸੀ, ਗੁੱਸਾ ਕਰਦੇ ਹੋਣਾ ਸੀ ਕਿ ਮੇਰੇ 'ਤੇ ਕਾਰਵਾਈ ਹੋਈ ਅਤੇ ਮੈਂ ਇੱਕ ਦੁਸ਼ਮਣ ਬਣ ਜਾਣਾ ਸੀ। ਅਤੇ ਪਰਮੇਸ਼ੁਰ ਨੇ ਕਿਹਾ ਦੁਸ਼ਮਣਾਂ ਨੂੰ ਪਿਆਰ ਕਰ, ਕਾਹਦੇ ਲਈ ਕਿ ਅਸੀਂ ਵੀ ਉਹੀ ਸੀਗੇ, ਸਾਨੂੰ ਸੱਚਾਈ ਪਤਾ ਲੱਗੀ, ਅੱਜ ਅਸੀਂ ਪਰਮੇਸ਼ੁਰ ਦਾ ਕੰਮ ਕਰ ਰਹੇ ਹਾਂ। ਜੀ, ਅੱਜ ਵੀ ਕਿਹੜੇ ਧਰਮ ਬਦਲੇ ਜਾਂਦੇ ਨੇ, ਕਈ ਸਮਾਜ ਕਿਹੜਾ ਉਹ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈਗਾ ਵਾ, ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਜਾਂਦਾ, ਹਾਂ ਵੀ ਹਰ ਧਰਮ ਕਿਹੜਾ ਇੱਕ ਮੰਚ ਹੁੰਦਾ ਵਾ ਇਕੱਠੇ, ਇਹ ਭਾਵੇਂ ਮਸੀਹ ਭਾਈਚਾਰਾ ਭਾਵੇਂ ਹਿੰਦੂ ਭਾਈਚਾਰਾ। ਧਰਮ ਕੀ ਹੈ, ਧਾਰਮਿਕ ਧਰਮ ਕੀ ਹੈ, ਪਰਮੇਸ਼ੁਰ ਦੇ ਵਚਨ 'ਤੇ ਚੱਲਣਾ ਧਰਮ ਹੈ, ਪਰਮੇਸ਼ੁਰ ਦੇ ਵਚਨ ਨੂੰ ਮੰਨਣਾ ਧਰਮ ਹੈ, ਪਵਿੱਤਰਤਾ 'ਚ ਰਹਿਣਾ ਧਰਮ ਹੈ। ਹੁਣ ਮੈਂ ਕੱਪੜੇ 'ਚ ਚਿੱਟੇ ਪਾਲਾਂ, ਕਾਲੇ ਪਾਲਾਂ, ਉੱਪਰੋਂ ਬਦਲਾਂ, ਮੈਂ ਆਹ ਨਹੀਂ ਖਾਣਾ, ਉਹ ਨਹੀਂ ਪੀਣਾ, ਅੰਦਰੋਂ ਮੈਂ ਜੈਲਸੀ ਕਰਾਂ, ਅੰਦਰੋਂ ਵਿਭਿਚਾਰ ਕਰਾਂ, ਪੈਸੇ ਦੇ ਘਪਲੇ ਕਰਾਂ, ਉਹ ਧਰਮ ਨਹੀਂ। ਧਰਮ ਪਵਿੱਤਰਤਾ ਹੀ ਸਿਖਾਉਂਦਾ, ਰੱਬ ਜੀ ਦੇ ਕੋਲ ਆਵਾਂਗੇ ਪ੍ਰਭੂ ਦੇ, ਉਹ ਪਵਿੱਤਰਤਾ ਹੀ ਸਿਖਾਏਗਾ, ਉਹ ਪ੍ਰੇਮ ਕਰਨਾ ਸਿਖਾਏਗਾ।